ਦਿਨ ਦੇ ਸਮੇਂ ਜੋ ਲੜੀਵਾਰ ਵਿਚਾਰ ਦਾਸ ਆਪ ਨੂੰ ਸਰਵਣ ਕਰਾ ਰਿਹਾ ਉਹ ਪੰਕਤੀਆਂ ਦੁਹਰਾ ਰਿਹਾ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾਂ ਅਧੂਰ। ਹੇ ਪ੍ਰਭੂ ਗਾ ਰਿਹਾ ਤੈਨੂੰ ਕੋਈ, ਤੂੰ ਦੂਰ ਹੈ, ਦੂਰ ਹੈ, ਦੂਰ ਬਹੁਤ ਦੂਰ। ਪਰ ਹੇ ਪ੍ਰਭੂ ਇਸ ਤਰ੍ਹਾਂ ਵੀ ਕੋਈ ਗਾ ਰਿਹਾ, ਗਾਵੇ ਕੋ ਵੇਖੇ ਹਾਦਰਾਂ ਅਧੂਰ। ਤੇ ਹਾਜ਼ਰ ਨਾਜ਼ਰ ਕੋਲ ਨੇੜੇ ਤੋਂ ਵੀ ਨੇੜੇ, ਫਿਰ ਜੋ ਇਹ ਗਾ ਰਹੇ ਨੇ ਗਾਵੇ ਕੋ ਜਾਪੇ ਦਿਸੇ ਦੂਰ, ਕਿਆ ਸਾਰੇ ਗਲਤ ਨੇ? ਨਹੀਂ, ਠੀਕ ਨੇ। ਸਥਾਨਕ ਦੂਰੀ, ਸਮੇਂ ਦੀ ਦੂਰੀ ਤੇ ਪਰਮਾਤਮਾ ਤੇ ਲਾਗੂ ਨਹੀਂ ਆਉਂਦੀ, ਦੋ ਦੂਰੀਆਂ ਲਾਗੂ ਹੁੰਦੀਆਂ। ਤੂੰ ਮੇਰੀ ਸਮਝ ਤੋਂ ਦੂਰ, ਤੂੰ ਮੇਰੇ ਚੇਤੇ ਤੋਂ। ਚੋਟੀ ਦੇ ਸਾਇੰਟਿਸਟ ਦੀ ਵੀ ਯਾਦ ਪਰਮਾਤਮਾ ਤੱਕ ਨਹੀਂ ਪਹੁੰਚੀ, ਸਮਝ ਵੀ ਨਹੀਂ ਪਹੁੰਚੀ। ਪਰਮਾਤਮਾ ਬਾਰੇ ਚੋਟੀ ਤੋਂ, ਚੋਟੀ ਦਾ ਵਿਗਿਆਨਕ ਵੀ ਅਗਿਆਨੀ ਹੈ, ਤੇ ਅਗਿਆਨ ਤੋਂ ਵੱਡਾ ਕੋਈ ਪੜਦਾ ਨਹੀਂ। ਅਗਿਆਨ ਅੰਧੇਰੇ ਸੋਜਸ ਨਾਈ, ਬੌੜ ਬੌੜ ਬਰਮਾਤਾ। ਅਗਿਆਨ ਇੱਕ ਅੰਧੇਰਾ ਹੈ, ਤੇ ਅੰਧੇਰੇ ਤੋਂ ਕੋਈ ਵੱਡਾ ਪੜਦਾ ਨਹੀਂ ਹੈ, ਬਾਹਰ ਵੀ ਤੇ ਅੰਦਰ ਵੀ। ਬਾਹਰ ਬਿਲਕੁਲ ਅੰਧੇਰਾ ਹੋਵੇ, ਆਪ ਇਤਨੇ ਸਾਰੇ ਬੈਠੇ ਹੋ, ਮੈਨੂੰ ਇੱਕ ਵੀ ਨਹੀਂ ਦਿਖਾਈ ਦੇਗਾ, ਤੁਹਾਨੂੰ ਮੈਂ ਨਹੀਂ ਦਿਖਾਉਂਦਾ। ਅੰਧੇਰਾ ਪਹਾੜਾਂ ਨੂੰ ਢੱਕ ਦਿੰਦਾ, ਅੰਧੇਰਾ ਇਤਨੇ ਵੱਡੇ ਸਾਗਰ ਨੂੰ ਵੀ ਢੱਕ ਦਿੰਦਾ, ਸਮੁੰਦਰ ਵੀ ਨਹੀਂ ਦਿਖਾਈ ਦਿੰਦਾ। ਅੰਧੇਰਾ ਬੜਾ ਬਲਵਾਨ ਹੈ, ਅੰਧੇਰਾ ਜੰਗਲਾਂ ਨੂੰ ਢੱਕ ਦਿੰਦਾ, ਵੱਡਾ ਸ਼ਹਿਰ ਹੈ ਗੁਪ, ਅੰਧੇਰਾ ਹੋ ਗਿਆ ਨਹੀਂ ਦਿਖਾਈ, ਇੱਕ ਬਿਲਡਿੰਗ ਵੀ ਨਹੀਂ ਦਿਖਾਈ, ਇੱਕ ਮਕਾਨ ਵੀ ਨਹੀਂ ਦਿਖਾਈ। ਅੰਧੇਰੇ ਤੋਂ ਵੱਡਾ ਕੋਈ ਪੜਦਾ ਨਹੀਂ ਹੈ। ਅੰਧੇਰਾ ਛਾ ਜਾਏ ਸੰਸਾਰ ਨਹੀਂ ਦਿਖਾਈ ਦੇਣਾ। ਮਨ ਦੇ ਤਲ ਤੇ ਅਗਿਆਨ ਤੋਂ ਵੱਡਾ ਕੋਈ ਪੜਦਾ ਨਹੀਂ ਹੈ, ਅਗਿਆਨ ਹੈ ਭਗਵਾਨ ਨਹੀਂ ਦਿਖਾਈ ਦਿੰਦਾ, ਨਹੀਂ ਦਿਖਾਈ। ਅਗਿਆਨ ਅੰਧੇਰੇ ਸੂਜਸ ਨਾਹੀ, ਬਹੁੜ ਬਹੁੜ ਭਰਮਾਤਾ। ਮੈਂ ਇਸ ਕਰਾਂ ਅੰਧੇਰੇ ਵਿੱਚ ਯਾਤਰਾ ਨਹੀਂ ਹੋ ਸਕਦੀ। ਅੰਧੇਰੇ ਜਦ ਅਸੀਂ ਯਾਤਰਾ ਕਰਦੇ ਹਾਂ, ਗੱਡੀ ਦੀ ਹੈਡਲਾਈਟ ਜਲਾ ਲੈਂਦੇ, ਰੋਸ਼ਨੀ 'ਚ ਯਾਤਰਾ ਹੋ ਸਕਦੀ, ਅੰਧੇਰੇ 'ਚ ਨਹੀਂ, ਰਸਤਾ ਹੀ ਨਹੀਂ ਦਿਖਾਈ ਦਿੰਦਾ ਤਾਂ ਚੱਲਣਾ ਨਹੀਂ। ਅੰਧੇਰੇ ਵਿੱਚ ਲਿਖਣਾ ਪੜ੍ਹਨਾ ਨਹੀਂ ਹੋ ਸਕਦਾ, ਅੰਧੇਰੇ ਵਿੱਚ ਕੋਈ ਕੰਮ ਨਹੀਂ ਹੋ ਸਕਦਾ। ਸਾਰਾ ਵਿਕਾਸ ਰੋਸ਼ਨੀ ਦੇ ਵਿੱਚ ਆਉਂਦਾ, ਅੰਧੇਰੇ ਵਿੱਚ ਨਹੀਂ ਆਉਂਦਾ। ਸਾਰਾ ਧਾਰਮਿਕ ਵਿਕਾਸ ਗਿਆਨ ਦੇ ਵਿੱਚ ਆਉਂਦਾ, ਅਗਿਆਨ ਵਿੱਚ ਨਹੀਂ ਆਉਂਦਾ। ਹੁਣ ਸੁਣ ਲਓ ਕਬੀਰ ਦਾ ਬੋਲ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਗੁਣ ਪਾਰਸ ਤਜੋ ਗੁਣ ਆਨ। ਪਾਪ ਤੇ ਪੁੰਨ ਦੋਵੇਂ ਕੋਈ ਇੱਕੋ ਹੱਦ ਹੋ ਗਈ, ਫਿਰ ਪੁੰਨ ਕਿਉਂ ਕਰੀਏ? ਇਹ ਕੋਈ ਮਾਮੂਲੀ ਪੁਰਸ਼ ਨਹੀਂ ਕਹਿ ਰਿਹਾ, ਕਬੀਰ ਕਹਿ ਰਿਹਾ। ਪਾਪ
ਪਾਪ ਪੁੰਨ ਦੋਏ ਏਕ ਸਮਾਨ ਕਹਿੰਦੇ ਨੇ, ਬਰਾਬਰ, ਦੋਵੇਂ ਬਰਾਬਰ। ਪੁੰਨ ਬਹੁਤ ਵੱਡਾ ਹੈ ਜੀ, ਪਾਪ ਬਹੁਤ ਨੀਵ ਹੈ, ਕਹਿੰਦੇ ਨੇ ਦੋਵੇਂ ਬਰਾਬਰ। ਦੋਵੇਂ ਇੱਕ ਸੰਤ ਗਏ, ਵਕਤ ਦਾ ਸਿਰਮੌਰ ਭਗਤਾਂ ਦੇ ਚੋਂ ਸਿਰਮੌਰ ਦਾਰਸ਼ਨਿਕ ਫਿਲੋਸਫਰ ਸਿਆਣਾ ਪੁਰਸ਼ ਐਸਾ ਗਏ, ਪਾਪ ਪੁੰਨ ਦੋਏ ਏਕ ਸਮਾਨ। ਇਸਲਾਮ ਨੇ ਯਹੂਦੀਆਂ ਪਾਰਸੀਆਂ ਨੇ ਈਸਾਈਆਂ ਨੇ ਪਤਾ ਦੁੱਖ ਦਾ ਕਾਰਨ ਕੀ ਦੱਸਿਆ? ਪਾਪ। ਤੇ ਪਾਪ ਕੀ ਹੁੰਦਾ? ਕਿਸ ਨੂੰ ਪਾਪ ਆਖੋਗੇ? ਉਹ ਕਰਮ ਜਿਸ ਨਾਲ ਕਿਸੇ ਨੂੰ ਚੋਟ ਪਹੁੰਚੇ, ਪਾਪ। ਕਿਸੇ ਦੇ ਦਿਲ ਨੂੰ ਚੋਟ ਪਹੁੰਚੇ, ਕਿਸੇ ਦੀ ਜਿਸਮ ਨੂੰ ਜਾਨ ਨੂੰ ਚੋਟ ਪਹੁੰਚੇ, ਜਾਂ ਕਿਸੇ ਦੇ ਮਾਲ ਨੂੰ ਚੋਟ ਪਹੁੰਚੇ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਖਤਰਾ ਸਿਰਫ ਤਿੰਨ ਥਾਂ ਤੇ ਹੁੰਦਾ, ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਨੂੰ ਖਤਰਾ। ਹੋਰ ਕੀ ਖਤਰਾ ਹੁੰਦਾ? ਇਸ ਤੋਂ ਇਲਾਵਾ ਕੋਈ ਖਤਰਾ ਹੁੰਦਾ? ਅਗਰ ਕੋਈ ਮਨੁੱਖ ਕਹਿ ਦੇ ਮੈਂ ਖਤਰੇ 'ਚ ਹਾਂ, ਜਾਨ ਨੂੰ ਖਤਰਾ ਹੋਵੇਗਾ? ਜਾਨ ਨੂੰ ਖਤਰਾ ਨਹੀਂ ਤੇ ਮਾਲ ਨੂੰ ਖਤਰਾ ਹੋਵੇਗਾ? ਤੇ ਜੇ ਮਾਲ ਨੂੰ ਖਤਰਾ ਨਹੀਂ ਤੇ ਇੱਜ਼ਤ ਆਬਰੂ ਅਸਮਤ ਨੂੰ ਖਤਰਾ ਹੋਵੇ? ਹੋਰ ਕੀ ਖਤਰਾ ਹੁੰਦਾ? ਕੋਈ ਕਿਸੇ ਦੀ ਜਾਨ ਲਈ ਖਤਰਾ ਹੈ, ਕੋਈ ਕਿਸੇ ਦੇ ਮਾਲ ਲਈ ਖਤਰਾ ਹੈ, ਕੋਈ ਕਿਸੇ ਦੀ ਇੱਜ਼ਤ ਆਬਰੂ ਲਈ ਖਤਰਾ ਹੈ, ਬਣ ਗਿਆ ਹੈ ਪਾਪ। ਪਾਪ ਪਾਪੀ ਐਸਾ ਕਰ, ਪਾਪ ਹੈ। ਪਰ ਹੱਦ ਹੋ ਗਈ, ਕੋਈ ਦਾਨ ਕਰ ਰਿਹਾ, ਪੁੰਨ ਕਰ ਰਿਹਾ, ਬਾਣੀ ਪੜ੍ਹ ਰਿਹਾ, ਮੰਦਿਰ ਮਸਜਿਦ ਗੁਰਦੁਆਰੇ ਜਾ ਰਿਹਾ, ਤੇ ਕਬੀਰ ਕਹਿੰਦੇ ਨੇ ਪਾਪ ਪੁੰਨ ਦੋਏ ਇੱਕ ਬਰਾਬਰ ਹੀ ਨੇ, ਬਰਾਬਰ ਹੀ। ਹੈਰਾਨਗੀ, ਅਗਰ ਇਸ ਦੀ ਗਹਿਰਾਈ 'ਚ ਨਹੀਂ ਜਾਓਗੇ ਤਾਂ ਫਿਰ ਕਬੀਰ ਨਾਲ ਸੰਬੰਧ ਜੋੜਨਾ ਔਖਾ ਹੋ ਜਾਏਗਾ। ਪਾਪ ਪੁੰਨ ਦੋਏ ਏਕ ਸਮਾਨ, ਮਨੁੱਖ ਪਾਪ ਕਿਉਂ ਕਰਦਾ ਹੈ? ਦੁੱਖ ਪਾਪ ਤੋਂ ਪੈਦਾ ਹੁੰਦਾ ਹੈ। ਦੁੱਖ ਮਨੁੱਖ ਦੀ ਮੰਗ ਨਹੀਂ ਹੈ, ਦੁੱਖ ਮਨੁੱਖ ਦੀ ਲੋੜ ਨਹੀਂ ਹੈ, ਦੁੱਖ ਮਨੁੱਖ ਦੀ ਚਾਹਤ ਨਹੀਂ ਹੈ। ਤੇ ਜੇ ਪਾਪ ਤੋਂ ਹੀ ਦੁੱਖ ਪੈਦਾ ਹੁੰਦਾ ਹੈ, ਜੋ ਇਸਲਾਮ ਕਹਿੰਦਾ, ਈਸਾਈਅਤ ਕਹਿੰਦੀ ਹੈ, ਤਾਂ ਫਿਰ ਮਨੁੱਖ ਕਿਉਂ ਕਰਦਾ ਪਾਪ? ਕਿਉਂਕਿ ਮਨੁੱਖ ਦੀ ਦੁੱਖ ਤੇ ਮੰਗ ਨਹੀਂ ਹੈ, ਫਿਰ ਇਹ ਬੀਜ ਕਿਉਂ ਬੋਲਦਾ? ਇਸ ਵਾਸਤੇ ਭਾਰਤ ਦੇ ਚਾਰੇ ਧਰਮ, ਸਨਾਤਨ ਮਤ, ਜੈਨ ਮਤ, ਬੌਧ ਮਤ, ਸਿੱਖ ਮਤ, ਦੁੱਖ ਦਾ ਕਾਰਨ ਪਾਪ ਨਹੀਂ ਮੰਨਦਾ, ਅਗਿਆਨ। ਮਨੁੱਖ ਦੂਜੇ ਨੂੰ ਇਸ ਵਾਸਤੇ ਚੋਟ ਪਹੁੰਚਾਉਂਦਾ ਹੈ, ਇਹ ਸੋਚ ਕੇ ਮੈਂ ਦੂਜੇ ਨੂੰ ਚੋਟ ਪਹੁੰਚਾ ਰਿਹਾ, ਅਗਿਆਨੀ ਹੈ, ਇਹਨੂੰ ਪਤਾ ਨਹੀਂ ਦੂਜੇ ਨੂੰ ਪਹੁੰਚਾਈ ਹੋਈ ਚੋਟ ਕਈ ਗੁਣਾ ਵੱਧ ਵਾਪਸ ਆਏਗੀ ਤੈਨੂੰ ਲੱਗੇ। ਦਿੱਤਾ ਲਈਏ ਆਪਣਾ, ਅਣ ਦਿੱਤੇ ਕਿਛ ਹੱਥ, ਤੂੰ ਕਿਸੇ ਦੀ ਪੱਗ ਲਾਈ ਹੈ, ਯਾਦ ਰੱਖ ਤੇਰੇ ਸਿਰ ਤੇ ਨਹੀਂ ਰਹਿਣ। ਤੂੰ ਕਿਸੇ ਦੇ ਰਸਤੇ 'ਚ ਕੰਡੇ ਵਿਛਾਏ ਨੇ, ਤੇਰੇ ਰਸਤੇ 'ਚ ਵੀ ਰੋੜੇ ਹੀ ਰੋੜੇ। ਰੱਬੀ ਨਹੀਂ, ਕੋਈ ਮਨੁੱਖ ਨਹੀਂ ਚਾਹੁੰਦਾ ਮੇਰੇ ਰਸਤੇ 'ਚ ਰੋੜੇ ਹੋ, ਕੋਈ ਮਨੁੱਖ ਨਹੀਂ ਚਾਹੁੰਦਾ ਮੇਰੀ ਪੱਗ ਲਵੇ। ਪਰ ਅਗਿਆਨ, ਅਗਿਆਨ ਵਸ ਹੋ ਕੇ ਦੂਜੇ ਦੀ ਪੱਗ ਲਾਉਂਦਾ, ਪਰ ਕੌਣ ਦੱਸੇ ਦੂਜੇ ਦੀ ਨਹੀਂ ਲਾ ਰਿਹਾ, ਆਪਣੀ ਲਾ ਰਿਹਾ।
ਦੂਜੇ ਦੇ ਰਸਤੇ ਵਿੱਚ ਕੰਡੇ ਨਹੀਂ ਵਿਛਾ ਰਿਹਾ, ਆਪਣੇ ਰਸਤੇ ਵਿੱਚ ਰੋੜੇ ਵਿਛਾ। ਪਰ ਅਗਿਆਨ, ਅਗਿਆਨ ਕਰਕੇ ਮਨੁੱਖ ਪਾਪ ਕਰਦਾ, ਪਾਪ ਦੇ ਚੋਂ ਦੁੱਖ ਪੈਦਾ ਹੁੰਦਾ। ਦੁੱਖ ਦਾ ਬੀਜ ਪਾਪ ਨਹੀਂ ਹੈ, ਦੁੱਖ ਦਾ ਬੀਜ ਅਗਿਆਨ। ਅਗਿਆਨ ਤੋਂ ਪਾਪ, ਪਾਪ ਤੋਂ ਦੁੱਖ। ਅਗਿਆਨ ਤੋਂ ਪਾਪ ਦਾ ਬੂਟਾ ਪੈਦਾ ਹੁੰਦਾ ਅਤੇ ਪਾਪ ਦੇ ਬੂਟੇ ਨੂੰ ਦੁੱਖਾਂ ਦੇ ਫਲ ਲੱਗ। ਪਾਪ ਮਨੁੱਖ ਅਗਿਆਨ ਕਰਕੇ ਕਰਦਾ, ਅਤੇ ਜੇ ਅਗਿਆਨ ਕਰਕੇ ਹੀ ਬਾਣੀ ਪੜ ਰਿਹਾ, ਅਗਿਆਨ ਕਰਕੇ ਹੀ ਸੇਵਾ ਕਰ ਰਿਹਾ ਗੁਰਦੁਆਰੇ ਦੀ, ਕਿਸੇ ਪ੍ਰਕਾਰ ਦੀ ਲੰਗਰ ਦੀ ਸੇਵਾ ਕਰ ਰਿਹਾ, ਜੋੜਿਆਂ ਦੀ ਸੇਵਾ ਕਰ ਰਿਹਾ, ਪ੍ਰਬੰਧਕੀ ਦੀ ਸੇਵਾ ਕਰ ਰਿਹਾ, ਅਗਿਆਨ ਕਰਕੇ ਪਾਠ ਕਰਕੇ, ਅਗਿਆਨ ਕਰਕੇ ਕਥਾ ਕੀਰਤਨ ਕਰ ਰਿਹਾ, ਪਤਾ ਨਹੀਂ ਬਰਦਾਸ਼ਤ ਕਰੋਗੇ ਕਿ ਨਹੀਂ। ਪਾਪ ਪੁੰਨ ਦੋਏ ਇਹ ਕਸਮ, ਪਾਪ ਅਤੇ ਇਹ ਪੁੰਨ ਦੋਵੇਂ ਕੋਚ, ਕਿਉਂਕਿ ਮੂਲ ਬੁਨਿਆਦ ਤੇ ਥੱਲੇ ਅਗਿਆਨ। ਅਗਿਆਨ ਕਰਕੇ ਜਦ ਪੁੰਨ ਕੀਤਾ ਜਾਂਦਾ, ਉਸ ਪੁੰਨ ਦੇ ਚ ਹੰਕਾਰ ਪੈਦਾ ਹੁੰਦਾ, ਨਿਰੰਕਾਰ ਨਹੀਂ ਪੈਦਾ। ਅਹੰਕਾਰ ਕਰਕੇ ਜਦ ਪੁੰਨ ਕੀਤਾ ਜਾਂਦਾ, ਉਹਦੇ ਚ ਦੁਸ਼ਮਣੀ ਦੇ ਜਜ਼ਬੇ ਜਨਮ ਲੈਂਦੇ ਨੇ, ਨਿਰਵੈਰਤਾ ਨਹੀਂ ਪੈਦਾ। ਅਗਿਆਨ ਕਰਕੇ ਜਦ ਕੋਈ ਲੰਗਰ ਦੀ ਸੇਵਾ ਕਰਦਾ, ਗੁਰਦੁਆਰੇ ਦੀ ਸੇਵਾ ਕਰਦਾ ਜਾਂ ਪ੍ਰਬੰਧਕੀ ਢਾਂਚੇ ਦੇ ਜਾਂਦਾ, ਇਸ ਸੇਵਾ ਵਿੱਚ ਫੋਕਾ ਹੰਕਾਰ ਪੈਦਾ ਹੁੰਦਾ, ਕਰਤਾਰ ਨਹੀਂ ਪੈਦਾ। ਅਗਿਆਨ ਪਾਪ ਪੁੰਨ ਦੋਏ ਇੱਕ ਸਮਾਂ, ਇੱਕੋ ਕੁਛ ਹੈ। ਪਾਪੀ ਦਾ ਪਾਪ ਅਗਿਆਨਤਾ, ਅਗਿਆਨਤਾ ਤੇ ਖੜਾ ਹੈ, ਪੁੰਨੀ ਦਾ ਪੁੰਨ ਅਗਿਆਨ ਤੇ ਖੜਾ। ਪਾਪ ਪੁੰਨ ਦੋਏ ਇੱਕ ਸਮਾਨ, ਇਸ ਤਰ੍ਹਾਂ ਦੇ ਪੁੰਨ ਕਰਨ ਵਾਲੇ ਮੈਂ 40-40 ਸਾਲ ਤੋਂ ਦੇਖਿਆ ਹੈ, ਕੁਛ ਵੀ ਨਹੀਂ ਹੈ। ਕ੍ਰੋਧੀ ਦੇ ਕ੍ਰੋਧੀ ਨੇ, ਬੇਈਮਾਨ ਦੇ ਬੇਈਮਾਨ ਨੇ, ਹੰਕਾਰੀ ਦੇ ਹੰਕਾਰੀ ਨੇ, ਦੁਸ਼ਟ ਦੇ ਦੁਸ਼ਟ ਨੇ, ਕੁਛ ਵੀ ਕੁਛ ਵੀ ਨਹੀਂ। ਪਾਪ ਪੁੰਨ ਦੋਏ ਇੱਕ ਸਮਾਨ, ਰਾਤ ਮੈਂ ਅਰਜ਼ ਕੀਤੀ ਸੀ, ਪਰਮਾਤਮਾ ਕਰਮ ਕ੍ਰਿਤ ਨੂੰ ਨਹੀਂ ਦੇਖਦਾ, ਕਰਮ ਵਿਚਾਰ ਨੂੰ ਦੇਖਦਾ। ਪਰਮਾਤਮਾ ਇਹ ਨਹੀਂ ਦੇਖਦਾ ਮੈਂ ਕੀਤਾ ਕੀ ਹੈ, ਪਰਮਾਤਮਾ ਇਹ ਦੇਖਦਾ ਮੈਂ ਸੋਚਿਆ ਕੀ, ਪਰਮਾਤਮਾ ਮੇਰੀ ਕਰਨੀ ਨਹੀਂ ਦੇਖਦਾ, ਪਰਮਾਤਮਾ ਮੇਰੀ ਸੋਚਣੀ ਦੇਖਦਾ। ਜਿਸ ਕਰਮ ਨਾਲ ਮੇਰੀ ਸੋਚਣੀ ਨਹੀਂ, ਜਿਸ ਕਰਮ ਨਾਲ ਮੇਰੇ ਵਿਚਾਰ ਨਹੀਂ, ਜਿਸ ਕਰਮ ਨਾਲ ਮੇਰਾ ਹਿਰਦਾ ਨਹੀਂ, ਉਸ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ, ਨਹੀਂ ਬਣਦੇ। ਉਹ ਕਰਮ ਕੇਵਲ ਕਰਮ ਕਾਂਡ ਬਣ ਜਾਂਦਾ, ਸਰੀਰ ਨਾਸ ਹੋਇਆ ਉਹ ਕਰਮ ਵੀ ਨਾਸ ਹੋ ਗਏ, ਕੁਛ ਵੀ ਕੁਛ। ਪਰ ਜੋ ਮੈਂ ਕਰਮ ਕੀਤਾ ਉਹਦੇ ਚ ਮੇਰਾ ਮਨ ਹੈ, ਇਹ ਕਰਮ ਮੇਰੇ ਤਨ ਦੇ ਖਤਮ ਹੋਣ ਦੇ ਨਾਲ ਖਤਮ ਨਹੀਂ ਹੋਏਗਾ, ਮੇਰੇ ਮਨ ਦਾ ਹਿੱਸਾ ਬਣ ਗਿਆ। ਮਨ ਸੂਕਸ਼ਮ ਸਰੀਰ ਹੈ, ਚਿਤਾ ਤੇ ਤਨ ਨੂੰ ਜਲਾਇਆ ਜਾ ਸਕਦਾ, ਮਨ ਨੂੰ ਨਹੀਂ। ਕਬਰ ਦੇ ਚ ਤਨ ਨੂੰ ਪਾਇਆ ਜਾ ਸਕਦਾ, ਮਨ ਨੂੰ ਨਹੀਂ, ਸੂਕਸ਼ਮ ਸਰੀਰ ਨੂੰ ਨਹੀਂ। ਉਹ ਸਾਰਾ ਕੀਤਾ ਹੋਇਆ ਸੂਕਸ਼ਮ ਸਰੀਰ ਦਾ ਹਿੱਸਾ ਬਣ ਜਾਂਦਾ, ਉਸੇ ਨੂੰ ਕਹਿੰਦੇ ਨੇ ਚਿੱਤਰ ਗੁਪਤ। ਇਹ ਤਨ ਪ੍ਰਗਟ ਚਿੱਤਰ ਹੈ, ਮੈਂ ਤੁਹਾਨੂੰ ਦੇਖ ਲਿਆ, ਤੁਸੀਂ ਮੈਨੂੰ ਦੇਖ ਲਿਆ, ਪਰ ਮੇਰਾ ਮਨ ਉੱਥੇ ਚਿੱਤਰ ਗੁਪਤ ਹੈ। ਤੁਹਾਨੂੰ ਕੀ ਪਤਾ ਮੇਰਾ ਇਹ ਗੁਪਤ ਚਿੱਤਰ ਕੀ ਹੈ? ਤੇ ਗੁਪਤ ਹੈ, ਪਰਮਾਤਮਾ ਨੇ ਹੀ ਗੁਪਤ ਰੱਖਿਆ। ਤੇ ਮੈਨੂੰ ਕੀ ਪਤਾ ਤੁਹਾਡਾ ਇਹ ਚਿੱਤਰ ਗੁਪਤ ਕੀ ਹੈ? ਪਰਮਾਤਮਾ ਇਸ ਪ੍ਰਗਟ ਚਿੱਤਰ ਦੇ ਮੁਤਾਬਕ ਫੈਸਲਾ ਨਹੀਂ ਕਰਦਾ, ਚਿੱਤਰ ਗੁਪਤ ਦੇ ਮੁਤਾਬਕ ਫੈਸਲਾ ਕਰਦਾ। ਚਿੱਤਰ ਗੁਪਤ ਜਬ ਲੇਖਾ ਮੰਗ,
ਜਦ ਇਸ ਚਿਤ੍ਰਗੁਪਤ ਨੇ ਲੇਖਾ ਪੇਸ਼ ਕਰ ਦੇਣਾ, ਸਾਰੀ ਲਿਖਤ ਸਾਹਮਣੇ ਆ, ਜੋ ਕੁਛ ਮਨ ਕਰਕੇ ਕੀਤਾ ਜਾਂਦਾ ਨਾਸ ਨਹੀਂ ਹੁੰਦਾ, ਮਨ ਦਾ ਹਿੱਸਾ ਬਣਦਾ। ਮੈਂ ਦੁਹਰਾਦਿਆਂ, ਜਿਹੜੀ ਭੋਜਨ ਦੀ ਬੁਰਕੀ ਕੰਠ ਤੋਂ ਥੱਲੇ ਚਲੀ ਗਈ ਹੈ, ਸਰੀਰ ਦਾ ਹਿੱਸਾ ਬਣੇਗੀ, ਮਾਸ ਬਣੇਗੀ, ਚਰਬੀ ਬਣੇਗੀ, ਖੂਨ ਬਣੇਗੀ, ਕੁਛ ਨਾ ਕੁਛ ਤੇ ਬਣੇਗੀ। ਜਿਹੜਾ ਕਰਮ ਮੈਂ ਮਨ ਕਰਕੇ ਕੀਤਾ, ਮੇਰੇ ਮਨ ਦਾ ਹਿੱਸਾ ਬਣ ਗਿਆ, ਸੰਸਕਾਰ ਬਣ ਗਿਆ। ਅਕਸਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਜਿਤਨੀਆਂ ਬੁਰਾਈਆਂ ਮਨੁੱਖ ਕਰਦਾ ਹੈ ਮਨ ਕਰਕੇ ਕਰਦਾ, ਬੁਰਾਈਆਂ ਸਾਰੀਆਂ ਦੀਆਂ ਸਾਰੀਆਂ ਮਨ ਦਾ ਹਿੱਸਾ ਬਣ ਜਾਂਦਾ। ਅਕਸਰ ਜਦ ਨਾਮ ਜਪਦਾ ਮਨ ਕਰਕੇ ਨਹੀਂ ਜਪਦਾ, ਮਨ ਕਰ ਕਬੂ ਨਾ ਹਰ ਬਣਦਾ, ਤੋ ਪ੍ਰਭੂ ਦਾ ਨਾਮ ਮਨ ਦਾ ਹਿੱਸਾ ਨਹੀਂ ਬਣਦਾ। ਰੋਜ਼ ਰੋਜ਼ ਕ੍ਰਿਤ ਚੰਗੀ ਹੁੰਦੀ ਜਾ ਰਹੀ ਹੈ, ਭਗਵਾਨ ਦੀ ਤਰ੍ਹਾਂ ਦਿਖਾਈ ਦਿੰਦਾ, ਰੋਜ਼ ਰੋਜ਼ ਨੀਅਤ ਮਾੜੀ ਹੁੰਦੀ ਜਾ ਰਹੀ, ਅੰਦਰੋਂ ਸ਼ੈਤਾਨ ਬਣਦਾ। ਪਰਮਾਤਮਾ ਦੇ ਸਾਹਮਣੇ ਜਦ ਚਿੱਤਰਗੁਪਤ ਪੇਸ਼ ਆਉਂਦਾ, ਇਨਸਾਨ ਦਾ ਨਹੀਂ ਸ਼ੈਤਾਨ ਦਾ, ਇਹ ਮੈਂ ਅਰਜ਼ ਕਰਦੇ ਹਾਂ। ਪਰਮਾਤਮਾ ਕ੍ਰਿਤ ਨਹੀਂ ਦੇਖਦਾ, ਨੀਅਤ ਦੇਖਦਾ, ਕਿਰਦਾਰ ਨਹੀਂ ਦੇਖਦਾ, ਵਿਚਾਰ ਦੇਖਦਾ, ਪ੍ਰਗਟ ਚਿੱਤਰ ਨੂੰ ਨਹੀਂ ਦੇਖਦਾ, ਗੁਪਤ ਚਿੱਤਰ ਨੂੰ ਦੇਖਦਾ। ਤੋ ਮੈਂ ਅਰਜ਼ ਕਰ ਰਿਹਾ ਸੀ, ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ। ਹੇ ਪ੍ਰਭੂ, ਤੂੰ ਮੇਰੀ ਸਮਝ ਤੋਂ ਦੂਰ ਹੈ, ਨਾ ਸਮਝੀ ਨਾ ਸਮਝੀ, ਅਗਿਆਨ ਦੇ ਅੰਧੇਰ ਹੈ। ਅੰਧੇਰਾ ਦੋ ਕਾਰਨਾਂ ਕਰਕੇ ਹੋ ਸਕਦਾ, ਬੜੇ ਧਿਆਨ ਨਾਲ ਸੁਣਨਾ, ਤੁਸੀਂ ਪੜ੍ਹੇ ਲਿਖੇ ਹੋ, ਸਿਆਣੇ, ਬਲਕਿ ਸਾਰੀ ਦੁਨੀਆ ਮੈਂ ਕਵੇਂ ਹਾਂ, ਕਨੇਡਾ ਜੈਸੇ ਸਿਆਣੇ ਦੇ ਕਿਧਰੇ ਵੀ ਨਹੀਂ ਮਿਲੇ, ਖਾਸ ਕਰਕੇ ਵੈਨਕੂਵਰ ਵਿੱਚ। ਇਸ ਵਾਸਤੇ ਥੋੜ੍ਹਾ ਮੈਨੂੰ ਸੋਚ ਕੇ ਕਹਿਣਾ, ਬੜੇ ਸਿਆਣੇ। ਬਾਤ ਨੂੰ ਬਤੰਗੜ ਕਿਵੇਂ ਬਣਾਉਣਾ, ਬਾਤ ਦੀ ਖਲ ਕਿਵੇਂ ਲਾਉਣੀ ਹੈ, ਯਕੀਨ ਜਾਣੋ ਮੈਂ ਵੀ ਇੱਥੋਂ ਹੀ ਸਿੱਖਿਆ, ਮੈਨੂੰ ਉਂਝ ਨਹੀਂ ਆਉਂਦਾ ਸੀ। ਹਕੀਕਤ ਸੱਚਾਈ ਹੈ, ਅਗਿਆਨ ਅੰਧੇਰੇ ਸੂਜਸ ਨਾਈ, ਬੌੜ ਬੌੜ ਭਰਮ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਕੀਮਤੀ ਬੋਲ, ਜਿਹਨਾਂ ਨੂੰ ਦਿਨ ਦੇ ਸਮੇਂ ਦਾਸ ਤੁਹਾਡੇ ਸਾਹਮਣੇ ਜਿਹੜਾ ਚਲਾ ਰਹੇ, ਬੜੀ ਅਗੰਮੇ ਵਿਚਾਰ, ਅਗੰਮੀ ਗਾਥਾਵਾਂ ਇਹਨਾਂ ਦੇ ਜੋ ਹੈ ਛੁਪੀਆਂ ਹੋਈਆਂ, ਉਸੇ ਨੂੰ ਮੈਂ ਖੋਲਣ ਦੀ ਕੋਸ਼ਿਸ਼ ਅਤੇ ਯਤਨ ਵਿੱਚ ਹਾਂ। ਥੋੜ੍ਹਾ ਜਿਹਾ ਮੈਂ ਦਾਅਵਾ ਕਰਾਂ, ਇਸ ਨੂੰ ਚਾਹੇ ਹੰਕਾਰ ਸਮਝਣਾ, ਠੀਕ ਹੈ, ਜਿਸ ਅਵਸਥਾ ਨੂੰ ਮੈਂ ਬਿਆਨ ਕਰਾਂਗਾ ਇਹ ਅਵਸਥਾ ਮੇਰੀ ਨਹੀਂ ਹੈ, ਪਰ ਇਸ ਅਵਸਥਾ ਦੀ ਸਮਝ ਆ ਗਈ ਹੈ, ਬਸ ਇੰਨੀ ਮੈਂ ਕਬੂਲ ਕਰਦਾ, ਇਹ ਅਵਸਥਾ ਮੇਰੀ ਨਹੀਂ, ਕਿਉਂਕਿ ਉਸ ਅਵਸਥਾ 'ਚ ਪਹੁੰਚ ਕੇ ਮਨੁੱਖ ਰੱਬ ਦਾ ਰੂਪ ਹੋ ਜਾਂਦਾ, ਸੰਤ ਹੋ ਜਾਂਦਾ, ਅਤੇ ਮੈਂ ਸਤਿਗੁਰਾਂ ਦੀ ਹਜ਼ੂਰੀ 'ਚ ਪੂਰਨ ਸੱਚਾਈ ਬਿਆਨ ਕਰਦੇ ਹਾਂ, ਨਾ ਕੋਈ ਮੈਂ ਸੰਤ, ਨਾ ਮੇਰੀ ਉਹ ਅਵਸਥਾ, ਔਰ ਇਸ ਨੂੰ ਮੇਰੀ ਫੋਕੀ ਨਿਰਮਾਣਤਾ ਵੀ ਨਾ ਸਮਝਣਾ, ਸੱਚਾਈ। ਹਾਂ, ਮੈਨੂੰ ਸਮਝ ਆ ਗਈ, ਪਤਾ ਚੱਲ ਗਿਆ। ਇਤਨੀ ਗੱਲ ਆਖਣ ਨੂੰ ਤੁਸੀਂ ਹੰਕਾਰ ਸਮਝ ਲਓ, ਤੁਹਾਡੀ ਵਿੱਚ ਮੈਨੂੰ ਸਮਝ ਆ ਗਈ ਹੈ, ਅਜੇ ਪੂਰਨਤਾ ਨਹੀਂ। ਕੀ ਹੋਇਆ, 48 ਸਾਲ ਤੋਂ ਕਥਾ ਕਰ ਰਿਹਾ, ਕੀ ਹੋਇਆ, ਨਿਤਨੇਮ ਕਰ ਰਿਹਾ,
ਕੀ ਹੋਇਆ ਕਿ ਤੂੰ ਅੰਮ੍ਰਿਤ ਛਕ ਲਿਆ, ਕੀ ਹੋਇਆ ਕਿ ਗੁਰੂ ਦਾ ਬਾਣਾ ਪਾ ਲਿਆ। ਅਜੇ ਗੁਰੂ ਦਾ ਸੁਭਾਅ ਨਹੀਂ ਹੈ। ਇਤਨੀ ਮੈਨੂੰ ਸਮਝ ਆ ਗਈ ਹੈ, ਇਹ ਵੀ ਸਮਝ ਆ ਗਈ ਹੈ। ਸਮਝ ਤੇ ਬਥੇਰਿਆਂ ਨੂੰ ਨਹੀਂ ਆਉਂਦੀ, ਬੜਾ ਦਾਅਵਾ ਕਰਦੇ ਨੇ ਅਸੀਂ ਜਾਣ ਲੈ, ਸਭ ਕੁਝ ਪਤਾ, ਬਸ ਇਸੇ ਕਰਕੇ ਵਿਖਾ ਦੇ। ਇਹ ਵੀ ਮੈਂ ਕਰਾਂ, ਬਹੁਤਾ ਵਿਖਾਲ ਸੰਸਾਰ ਵਿੱਚ ਇਸੇ ਨਾ ਸਮਝੀ। ਅੰਧੇਰਾ ਅਗਿਆਨ ਕਰਕੇ ਆਉਂਦਾ ਹੈ, ਅਗਿਆਨ ਅੰਧੇਰਾ ਦੋ ਕਾਰਨਾਂ ਕਰਕੇ ਆਉਂਦਾ। ਇੱਕ ਤੇ ਬਾਹਰ ਅੰਧੇਰਾ ਹੈ, ਸੂਰਜ ਨਹੀਂ ਹੈ, ਕਿਉਂਕਿ ਸੂਰਜ ਇੱਕ ਸਮੇਂ ਸਾਰੀ ਪ੍ਰਿਥਵੀ ਤੇ ਚਾਨਣਾ ਨਹੀਂ ਕਰਦਾ, ਅੱਧੇ ਭਾਗ ਵਿੱਚ ਅੰਧੇਰਾ ਰਹਿੰਦਾ। ਦੂਜਾ ਇਹ ਵੀ ਅਰਜ਼ ਕਰਦੇ ਹਾਂ, ਅੰਧੇਰਾ ਜ਼ਿਆਦਾ ਹੁੰਦਾ, ਰੋਸ਼ਨੀ ਘੱਟ ਹੁੰਦੀ ਹੈ। ਸਾਗਰ ਤਿੰਨ ਹਿੱਸੇ ਹੈ ਨਾ, 60 ਫੁੱਟ ਤੱਕ ਰੋਸ਼ਨੀ ਜਾਂਦੀ ਹੈ, ਸਾਗਰ ਜੋ ਹੈ ਸੂਰਜ ਦੀ ਥੱਲੇ ਚ ਅੰਧੇਰਾ ਹੀ, ਜ਼ਮੀਨ ਦੇ ਅੱਧੇ ਭਾਗ ਦੇ ਵਿੱਚ ਵੀ ਅੰਧੇਰਾ ਹੈ, ਅੰਧਕਾਰ ਰਹਿੰਦਾ। ਇੱਕ ਤੇ ਇਹ ਅੰਧੇਰਾ, ਸੂਰਜ ਨਹੀਂ ਹੈ, ਅੰਧਕਾਰ ਹੈ, ਮੱਸਿਆ ਦੀ ਰਾਤ ਹੈ, ਅੰਧੇਰਾ ਹੈ। ਦੂਸਰਾ ਅੰਧੇਰਾ, ਅੱਖਾਂ ਵਿੱਚ ਰੋਸ਼ਨੀ ਨਹੀਂ ਹੈ, ਅੰਧ ਹੈ, ਭਾਵੇਂ ਸੂਰਜ ਚੜ੍ਹੇ ਪਰ ਅੰਧ ਹੈ। ਦਾਸ ਦੇ ਨਾਲ ਲਾਲਵਨ 10 ਸਾਲ ਤੱਕ ਇੱਕ ਐਸਾ ਸੱਜਣ ਰਿਹਾ ਗਿਆਨੀ ਭਗਵਾਨ ਸਿੰਘ, ਬੜੇ ਛੋਟੀ ਦੇ ਸੰਗੀਤਕਾਰ ਸਨ, ਜਨਮ ਤੋਂ ਨੇਤਰਹੀਣ ਸਨ। ਅੱਜ ਕੱਲ੍ਹ ਇੱਕ ਬਹੁਤ 35-40 ਸਾਲ ਤੋਂ ਕਵੀ ਚੱਲਦੇ ਨੇ, ਗਿਆਨੀ ਜੈ ਸਿੰਘ ਸ਼ੁਗਰ, ਨੇਤਰਹੀਣ। ਰਾਏਪੁਰ ਦੀ ਗੱਲ 12 ਵਜੇ ਸਮਾਪਤੀ ਹੋਈ ਤੇ ਮੈਂ ਆਪਣੇ ਕਮਰੇ ਦੀ ਤਰਫ ਜਾਣ ਲੱਗਾ। ਪਹਿਲੇ ਕਮਰਾ ਭਾਈ ਭਗਵਾਨ ਸਿੰਘ ਜੀ ਦਾ ਸੀ, ਬੈਠੇ ਸਨ, ਬੱਤੀ ਜਲ ਰਹੀ ਸੀ, ਜਨਮ ਤੋਂ ਨੇਤਰਹੀਣ ਸਨ। ਮੈਂ ਸੁੱਤੇ ਸਿੱਧ ਬੈਠ ਗਿਆ, ਪਤਾ ਨਹੀਂ ਕੀ ਮਜ਼ਾਕ ਮੈਨੂੰ ਸੋਝੀ। ਮੈਂ ਕਿਹਾ ਗਿਆਨੀ ਜੀ, ਤੁਹਾਡੇ ਲਈ ਤੇ ਦਿਨ ਵੀ ਰਾਤ ਹੈ, ਰਾਤ ਵੀ ਰਾਤ ਹੈ। ਸੁੱਤੇ ਸਿੱਧ ਗਿਆ, ਬੱਤੀ ਜਲਦੀ। ਮੈਂ ਕਿਹਾ ਤੁਹਾਡੇ ਲਈ ਤੇ ਦਿਨ ਵੀ ਰਾਤ ਹੈ, ਰਾਤ ਵੀ ਰਾਤ ਹੈ, ਦਿਨ ਵੀ ਅੰਧੇਰਾ ਹੈ, ਰਾਤ ਵੀ ਅੰਧੇਰਾ ਹੈ। ਕਹਿਣ ਲੱਗੇ ਮਸਕੀਨ ਜੀ, ਤੁਹਾਡੀ ਜਾਣਕਾਰੀ 'ਚ ਮੈਂ ਵਾਅਦਾ ਕਰਾਂ, ਮੈਨੂੰ ਅੰਧੇਰੇ ਦਾ ਕੋਈ ਗਿਆ ਦੰਗ ਰਹਿ ਗਿਆ। ਮੈਂ ਕਿਹਾ ਜਨਮ ਤੋਂ ਅੰਧਾ ਹੈ। ਕਹਿੰਦਾ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ। ਫਿਰ ਇਸ ਨੂੰ ਮੈਂ ਗਹਿਰਾਈ ਨਾਲ ਲਿਆ, ਕਿਉਂਕਿ ਉਹ ਅਰਥ ਬੋਧ ਦੇ ਵੀ ਗਿਆਨੀ ਸਨ, ਸਿਆਣੇ ਸਨ, ਸਿਰਫ ਕੀਰਤਨ ਨਹੀਂ ਕਰਦੇ ਸਨ, ਗੁਰਬਾਣੀ ਦੀ ਕੁਛ ਵਿਚਾਰਧਾਰਾ ਵਿੱਚ ਵੀ ਡੁੱਬੇ ਹੋਏ ਸਨ। ਸ਼ਾਇਦ ਰਾਤ ਨੂੰ ਬੈਠੇ ਹੋਣ ਇਸੇ ਵਿਚਾਰ ਵਿੱਚ। ਮੈਨੂੰ ਕਹਿਣ ਲੱਗੇ ਮਸਕੀਨ ਜੀ, ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ। ਉਦੋਂ ਮੈਨੂੰ ਖਿਆਲ ਆਇਆ, ਅੰਧੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ, ਨਹੀਂ ਤਾਂ ਕਿਵੇਂ ਦਿਖਾਈ ਦੇਗਾ। ਆਪ ਇਤਨੇ ਸਿਆਣੇ ਬੈਠੇ, ਅੰਧਕਾਰ ਨੂੰ ਦੇਖਣ ਵਾਸਤੇ ਵੀ ਤੇ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ। ਉਦੋਂ ਖਿਆਲ ਆਇਆ, ਅੰਧੇ ਨੂੰ ਅੰਧੇਰਾ ਨਹੀਂ ਦਿਖਾਈ। ਦੂਸਰਾ ਨੁਕਤਾ, ਜਦੋਂ ਅੰਧੇਰਾ ਦਿਖਾਈ ਦਿੰਦਾ ਉਹਨੂੰ
ਰੋਸ਼ਨੀ ਵੀ ਦਿਖਾਈ ਦੇ ਸਕਦੀ, ਕਿਉਂਕਿ ਅੱਖਾਂ ਵਿੱਚ ਰੋਸ਼ਨੀ ਹੈ। ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦਿੰਦੀ, ਮੂੜ ਨੂੰ ਮੂੜਪਣਾ ਨਹੀਂ ਦਿਖਾਈ ਦਿੰਦਾ। ਅਗਰ ਮੂਰਖ ਨੂੰ ਆਪਣੀ ਮੂੜਤਾ ਦਿਖਾਈ ਦੇਣ ਲੱਗ ਪਏ, ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੂਰਖਤਾ ਖਤਮ ਹੋ ਗਈ, ਗਿਆਨੀ ਹੋ ਗਿਆ। ਗਿਆਨੀ ਪਾਪੀ ਨੂੰ ਪਾਪ ਨਹੀਂ ਦਿਖਾਈ ਦਿੰਦਾ, ਕਰੀ ਜਾ ਰਹੇ ਨਹੀਂ ਦਿਖਾਈ ਦਿੰਦਾ। ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦਿੰਦੀ, ਕਿਉਂਕਿ ਦੇਖਣ ਵਾਸਤੇ ਵੀ ਤਾਂ ਗਿਆਨ ਚਾਹੀਦਾ, ਸਮਝ ਚਾਹੀਦੀ। ਜਿਸ ਦਿਨ ਕਿਸੇ ਨੂੰ ਅੰਧੇਰਾ ਦਿਖਾਈ ਦੇਵੇ, ਉਸ ਅੰਧੇ ਨੂੰ ਅੰਧਾ ਕਹਿਣ ਦੀ ਲੋੜ ਨਹੀਂ, ਦਿਖਾਈ ਦਿੰਦਾ। ਅੰਧੇਰਾ ਦਿਖਾਈ ਦੇਣ ਲੱਗ ਪਿਆ, ਇਹਨੂੰ ਰੋਸ਼ਨੀ ਵੀ ਦਿਖਾਈ ਦੇ। ਜਿਹਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗ ਪਈ ਹੈ, ਗਲਤੀਆਂ ਦਿਖਾਈ ਦੇਣ ਲੱਗ ਪਈਆਂ ਨੇ, ਯਕੀਨ ਜਾਣੋ ਇਹਨੂੰ ਸੁਧਾਰ ਵੀ ਦਿਖਾਈ ਦੇਗਾ। ਸਾਰੀ ਜ਼ਿੰਦਗੀ ਮਨੁੱਖ ਗਲਤੀਆਂ ਕਰਦਾ, ਗਲਤੀਆਂ ਦਿਖਾਈ ਨਹੀਂ। ਬੁਲਾਵੜੇ ਭੁੱਲੀ ਭੁੱਲ ਭੁੱਲ ਪਛੋ ਨਾਣੇ, ਭੁੱਲ ਤੇ ਭੁੱਲ ਕਰੀ ਜਾ ਰਿਹਾ, ਭੁੱਲ ਤੇ ਭੁੱਲ ਕਰੀ ਜਾ ਰਿਹਾ, ਭੁੱਲ ਦਿਖਾਈ ਨਹੀਂ ਗਏ। ਅੰਧੇ ਨੂੰ ਅੰਧੇਰਾ ਨਹੀਂ ਦਿਖਾਈ ਦੇ। ਦੂਸਰਾ ਹੋਰ ਅਰਜ਼ ਕਰਦੇ ਹਾਂ, ਜਿਨ੍ਹਾਂ ਦੀਆਂ ਅੱਖਾਂ ਅੰਧੀਆਂ ਨੇ, ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਪ੍ਰਿਥਵੀ 'ਤੇ ਜ਼ਿਆਦਾ ਨਹੀਂ। ਪਰ ਜਿਹੜੇ ਮਨ ਦੇ ਅੰਧੇ ਨੇ, ਇਹਨਾਂ ਅੰਧਿਆਂ ਨਾਲ ਤਾਂ ਸਾਰਾ ਸੰਸਾਰ ਭਰਿਆ ਗਿਆ। ਅੰਧੇ ਗੰਭੀ ਅੰਧ ਮਨ, ਮਨ ਅੰਧੇ ਤਾਂ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਮਨ ਸਤਿਗੁਰ ਦੀ ਬਾਣ। ਸਭ ਕੁਝ ਅੰਧੇਰੇ 'ਚ ਹੀ ਹੋ ਰਿਹਾ, ਅੰਧੇਰੇ 'ਚ ਹੋਇਆ ਜੀ ਅਗਿਆਨ। ਇਸ ਵਾਸਤੇ ਸਾਰੇ ਦੁੱਖ ਅਤੇ ਪਾਪ ਦਾ ਬੀਜ ਅਗਿਆਨ ਹੈ, ਦੁੱਖ ਦਾ ਬੀਜ ਪਾਪ ਨਹੀਂ ਹੈ। ਪਾਪ ਇੱਕ ਬੂਟਾ ਹੈ, ਪਾਪ ਦੇ ਬੂਟੇ ਨੂੰ ਦੁੱਖ ਦਾ ਫਲ ਲੱਗਦਾ ਹੈ, ਲੇਕਿਨ ਪਾਪ ਦਾ ਬੂਟਾ ਅਗਿਆਨ ਤੋਂ ਲੱਗਦਾ। ਇਸ ਨੂੰ ਹੋਰ ਆਲਮਾਨਾ ਢੰਗ ਨਾਲ ਭਾਈ ਸਾਹਿਬ ਭਾਈ ਨੰਦ ਲਾਲ ਨੇ ਖੋਲਿਆ, ਤੁਹਾਡੇ ਸਾਹਮਣੇ ਰੱਖਣ। ਸ਼ੇਖ ਸਾਦੀ ਦੇ ਜਵਾਬ ਵਿੱਚ ਸਵਾਲ ਹੋ ਜਵਾਬ, ਸ਼ੇਖ ਸਾਦੀ ਕਹਿੰਦੇ ਨੇ, ਦੀਦਾਰ ਮੈਨੂੰ ਆਈ ਉਹ ਪਰਹੇਜ਼ ਮੈਂ ਬੋਲੇ, ਬਾਜ਼ਾਰ ਵੈਸ਼ ਆਤਿਸ਼ ਮਾਂ ਤੇਜ਼ ਮੈਂ ਬੋਲੇ। ਹੇ ਖੁਦਾ, ਦਰਸ਼ਨ ਦੇਣਾ, ਦੀਦਾਰ ਦੇਣਾ, ਫਿਰ ਪਰਦਾ ਕਰ ਲੈਣਾ, ਬੁਰਕਾ ਕਰ ਲੈਣਾ, ਇੰਜ ਨਾ ਕਰ। ਗਾਲਬ ਕਹਿੰਦਾ ਸ਼ੇਰ ਬੜਾ ਕੀਮਤੀ ਹੈ, ਬੇਪਰਦ ਇਤਨਾ ਕਿ ਹਰ ਜ਼ਰੇ ਮੈਂ ਹੈ ਉਸ ਕਾ ਜ਼ਹੂਰ, ਬੇਪਰਦ ਇਤਨਾ ਕਿ ਹਰ ਜ਼ਰੇ ਮੈਂ ਹੈ ਉਸ ਕਾ ਜ਼ਹੂਰ, ਬਾਪਰਦ ਇਤਨਾ ਕਿ ਨਜ਼ਰ ਤੱਕ ਆਤਾ ਨਹੀਂ, ਬੇਪਰਦ ਤੇ ਇਤਨਾ ਕਿ ਜ਼ਰੇ ਜ਼ਰੇ ਚੋਂ ਹੀ ਹੈ, ਪਰ ਪੜਦਾ ਇਤਨਾ ਵੱਡਾ ਕੱਖ ਵੀ ਨਹੀਂ ਪਤਾ ਚੱਲਦਾ, ਦਿਖਾਈ ਤੇ ਦਿੰਦਾ ਹੀ। ਬੇਪਰਦ ਇਤਨਾ ਕਿ ਹਰ ਜ਼ਰੇ ਮੈਂ ਹੈ ਉਸ ਕਾ ਜ਼ਹੂਰ, ਬਾਪਰਦ ਇਤਨਾ ਕਿ ਨਜ਼ਰ ਤੱਕ ਆਤਾ ਨਹੀਂ। ਸ਼ੇਖ
ਸਿੱਖ ਸਰਦੀ ਕਹਿੰਦੇ ਨੇ ਹੇ ਪ੍ਰਭੂ, ਬੇਦਾਰ ਰਹਿਣਾ ਫਿਰ ਪੜਦਾ ਕਰ ਲੈਣਾ, ਇੰਝ ਨਾ ਕਰ। ਜਦ ਤੂੰ ਦੀਦਾਰ ਦੇ ਕੇ ਛੁਪ ਜਾਂਦਾ ਮਹਿੰਗਾ ਹੋ ਜਾਂਦਾ, ਬੜਾ ਮਹਿੰਗਾ ਹੋ ਜਾਂਦਾ, ਸਾਡੇ ਲਈ ਮੁੱਲ ਚੁਕਾਉਣਾ ਔਖਾ ਹੋ ਜਾਂਦਾ, ਸਾਡਾ ਹਿਰਦਾ ਤੜਪ ਉੱਠਦਾ ਰੋ ਉੱਠਦਾ। ਮੈਂ ਕੱਲ ਅਰਜ਼ ਕਰ ਰਿਹਾ ਸੀ ਕਿਧਰੇ ਪ੍ਰਭੂ ਦੇ ਰੋਣੇ ਕਿਸੇ ਦੇ ਅੰਦਰ ਜਾਗ ਪੈਣ, ਬੜਾ ਖੁਸ਼ਕਿਸਮਤ ਇਨਸਾਨ ਹੈ, ਬੜਾ ਭਾਗਾਂ ਵਾਲਾ ਸਮਝਣਾ। ਇਸ ਵਾਸਤੇ ਕਿ ਤਨਹਾਈ ਦੇ ਵਿੱਚ ਜਪ ਕਰਿਆ ਕਰੋ, ਕੋਈ ਬੈਰਾਗੀ ਅਵਸਥਾ ਬਣੇ ਦੂਜੇ ਦਾ ਹੋਣਾ ਰੋਕ ਦੂਜੇ, ਵਿਘਨ ਬਣ। ਭੋਜਨ ਭਜਨ ਖਜ਼ਾਨਾ ਨਾਰੀ ਚਾਰੋਂ ਪੜਦੇ ਕੇ ਹਿਤਕਾਰੀ, ਇਵੇਂ ਨਹੀਂ ਆ ਗਿਆ। ਭਜਨ ਪੜਦੇ ਸਮੂਹਕ ਬੰਦਗੀ ਇਹ ਕਥਾ ਕੀਰਤਨ, ਵਾਹਿਗੁਰੂ ਮੰਤਰ ਦਾ ਜਪ ਪੜਦੇ ਚ। ਅਕਸਰ ਮੈਂ ਅਰਜ਼ ਕਰਦਾ ਹੁੰਦਾ ਜਿਵੇਂ ਹਰ ਘਰ ਵਿੱਚ ਰਸੋਈ ਹੈ, ਕਿਚਨ, ਜਿੱਥੇ ਭੋਜਨ ਬਣਦਾ ਸਰੀਰ ਲਈ, ਹਰ ਘਰ ਵਿੱਚ ਕਮ ਸੇ ਕਮ 4 ਫੁੱਟ 'ਤੇ ਜਗ੍ਹਾ ਐਸੀ ਹੋਣੀ ਚਾਹੀਦੀ ਹੈ ਜਿੱਥੇ ਬੈਠ ਕੇ ਆਤਮਾ ਦੀ ਖੁਰਾਕ ਭਜਨ ਕੀਤਾ ਜਾ ਸਕੇ, ਵਾਹਿਗੁਰੂ ਵਾਹਿਗੁਰੂ ਜਪਿਆ ਜਾ ਸਕਦਾ, ਜਿੱਥੇ ਕਿਚਨ ਨੂੰ ਸਾਫ਼ ਸੁਥਰਾ ਰੱਖਿਆ ਜਾਂਦਾ। ਅਗਰ 4 ਫੁੱਟ ਜਗ੍ਹਾ ਰੱਖੀਏ ਅਤੇ ਰੋਜ਼ ਰੋਜ਼ ਨਾਮ ਜਪੋਗੇ, ਯਕੀਨ ਜਾਣੋ ਉਹ ਜਗ੍ਹਾ ਇਤਨੀ ਪਾਕ ਹੋ ਜਾਏਗੀ, ਪਵਿੱਤਰ ਹੋ ਜਾਏਗੀ, ਦੁਸ਼ਟ ਤੋਂ ਦੁਸ਼ਟ ਵੀ ਉੱਥੇ ਬੈਠੇਗਾ, ਉਹਦੀ ਜ਼ਬਾਨ ਤੋਂ ਵਾਹਿਗੁਰੂ ਨਿਕਲ ਜਾਏਗਾ। ਹਰ ਘਰ ਵਿੱਚ ਇਹ ਵੀ ਚਾਹੀਦੀ, ਤਨ ਲਈ ਤੇ ਰਸੋਈ ਬਣਾ ਲਈਏ, ਮਨ ਲਈ ਪਵੇ। ਮਾਰਕੀਟ ਵਿੱਚ ਵਸਤੂਆਂ ਬਹੁਤ ਪਈਆਂ ਨੇ ਪਰ ਗ੍ਰਾਹਕੀ ਹੈ ਨਹੀਂ, ਵਸਤੂ ਸਸਤੀ ਹੋ ਜਾਂਦੀ ਕਿਉਂਕਿ ਬਹੁਤ ਗ੍ਰਾਹਕੀ ਹੈ ਨਹੀਂ। ਵਸਤੂਆਂ ਤੇ ਥੋੜੀਏ ਤੇ ਗ੍ਰਾਹਕ ਬਹੁਤ ਜ਼ਿਆਦਾ ਨੇ, ਚੀਜ਼ ਮਹਿੰਗੀ ਹੋ ਜਾਂਦੀ, ਚੀਜ਼ ਮਹਿੰਗੀ ਹੋ ਜਾਂਦੀ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਇਸੇ ਨਿਯਮ ਨੂੰ ਸ਼ੇਖ ਸਾਦੀ ਅੱਗੇ ਰੱਖ ਰਿਹਾ, ਖੁਦਾ ਤੋਂ ਮਹਿੰਗਾ ਬੜਾ ਹੋ ਜਾਂਦਾ, ਤੇਰੇ ਲਈ ਮੁੱਲ ਚੁਕਾਉਣਾ ਔਖਾ ਹੋ ਜਾਂਦਾ। ਇੰਨਾ ਜਪ, ਇੰਨਾ ਤਪ, ਇੰਨਾ ਅੰਮ੍ਰਿਤ ਵੇਲੇ ਦਾ ਉੱਠਣਾ, ਇਤਨੇ ਵਜ਼ੂ ਸਾਜਨੇ, ਇਤਨੀਆਂ ਨਮਾਜ਼ਾਂ ਪੜ੍ਹਨੀਆਂ, ਇੰਨੇ ਰੋਜ਼ੇ ਰੱਖਣੇ, ਖੁਦਾ ਥੱਕ ਜਾਂਦੇ ਹਾਂ ਅਸੀਂ, ਥੱਕ ਜਾਂਦੇ। ਕਰ ਕਰ ਥਾ ਕੀ ਅਨੰਦ ਪਾਉ ਮਾਤਰੀ, ਮਹਾਰਾਜ ਦੀ ਬਾਣੀ, ਥੱਕ ਜਾਂਦੇ। ਤੂੰ ਪੜਦਾ ਨਾ ਕਰ, ਤੂੰ ਪੜਦਾ ਕਰਨਾ ਮਹਿੰਗਾ ਹੋ ਜਾਂਦਾ, ਮਹਿੰਗਾ ਹੋ ਜਾਂਦਾ, ਸਾਡੇ ਲਈ ਮੁੱਲ ਚੁਕਾਉਣਾ ਔਖਾ ਹੋ ਜਾਂਦਾ। ਦੀਦਾਰ ਮੈਂ ਨਾਈ ਪਰਹੇਜ਼ ਮੈਂ ਕੁਨੀ, ਬਾਜ਼ਾਰ ਉਹ ਖੈਸੋ ਆਤਿਸ਼ਮਾ ਤੇਜ਼ ਮੈਂ ਕੁਨੀ। ਇਹਨੂੰ ਖੋਲਿਆ ਭਾਈ ਸਾਹਿਬ ਭਾਈ ਨੰਦ ਲਾਲ ਨੇ। ਜਵਾਬ ਦੇ ਰੂਪ ਵਿੱਚ ਸ਼ੇਖ ਸਾਦੀ ਨੂੰ ਕਹਿੰਦੇ ਨੇ, ਤੌਕੇ ਹਮ ਹਜਾ ਬੇ ਖੁਦੀ, ਭਾਈ ਸਾਹਿਬ ਭਾਈ ਨੰਦ ਲਾਲ, ਤੌਕੇ ਹਮ ਹਜਾ ਬੇ ਖੁਦੀ ਯਾਰ ਕੁਛ ਲਗਾ ਚੇ ਕੁਨਤ। ਜਦ ਤੈਨੂੰ ਯਾਰ ਨਾ ਦਿਖਾਈ ਦੇਵੇ, ਖੁਦਾ ਨਾ ਦਿਖਾਈ ਦੇਵੇ, ਖੁਦਾ ਪੜਦੇ ਤੇ ਨਹੀਂ, ਤੇਰੀ ਅੱਖਾਂ ਤੇ ਕੋਈ ਹੰਕਾਰ ਦਾ ਪੜਦਾ ਪੈ ਗਿਆ, ਤੇਰੀ ਅੱਖਾਂ ਤੇ ਕੋਈ ਲੋਭ ਦਾ ਪੜਦਾ ਪੈ ਗਿਆ। ਤੂੰ ਆਪਣੇ ਪੜਦੇ ਨੂੰ ਇੱਕ ਪਾਸੇ ਕਰ, ਖੁਦਾ ਤੇ ਹਾਜ਼ਰ ਨਾਜ਼ਰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬ੍ਰਾਹਮਣ ਮੁਸਤਾਕ ਕੇ ਬੁੱਤ ਜ਼ਾਹਿਦ ਫਿਦਾਏ ਖਾਨਕਾ। ਜ਼ਾਹਿਦ ਖੁਦਾ ਨੂੰ ਲੱਭਣ ਜਾਂਦਾ ਮਸਜਿਦ ਦੇ ਵਿੱਚ, ਬ੍ਰਾਹਮਣ ਭਗਵਾਨ ਨੂੰ ਲੱਭਣ ਜਾਂਦਾ ਮਸਜਿਦ ਮੰਦਿਰ ਦੇ ਵਿੱਚ। ਬ੍ਰਾਹਮਣ ਮੁਸਤਾਕ ਕੇ ਬੁੱਤ ਜ਼ਾਹਿਦ ਫਿਦਾਏ ਖਾਨਕਾ, ਹਰ ਪੂਜਾ ਜਾਵੇਂ ਮੁਹੱਬਤ ਦੀ ਦਾਇਮ ਸਰਸ਼ਾਰਸ,
ਫਾਜ਼ਿਲ ਸਾਹਿਬ ਕਹਿੰਦੇ ਨੇ ਮੈਂ ਤਾਂ ਜਿੱਧਰ ਜਾਂਦਾ ਪਰਮਾਤਮਾ ਤੋਂ ਬਿਨਾਂ ਹੋਰ ਹੈ ਹੀ ਨਹੀਂ, ਜੋ ਤੀ ਸੇ ਸੋ ਤੇਰਾ ਰੂਪ। ਦੋ ਨੁਕਤੇ ਕਹਿ ਕੇ ਮੈਂ ਬਾਕੀ ਵਿਚਾਰਾਂ ਨੂੰ ਕੱਲ੍ਹ ਤੁਹਾਡੇ ਸਾਹਮਣੇ ਰੱਖਾਂਗਾ। ਮਸਜਿਦ ਵਿੱਚ ਗਿਆ ਉਸ ਮਨੁੱਖ ਦਾ ਸਫਲ ਕਿਸ ਦਾ, ਜਿਹਦੀ ਜ਼ਿੰਦਗੀ ਖਾਨਾ ਖੁਦਾ ਬਣ ਗਈ, ਮਸਜਿਦ ਬਣ ਗਈ। ਨਹੀਂ ਤੇ ਕੀ ਮਸਜਿਦ ਗਿਆ, ਖਾਕ ਮਸਜਿਦ ਗਿਆ। ਨਾਮਦੇਵ ਕਹਿੰਦੇ ਦੇਹੀ ਮੈਂ ਜਿੱਦ ਮਨ ਮੌਲਾਣਾ ਸਹਿਜ ਨੇ ਮਾਜ ਗੁਜ਼ਾਰੇ, ਇੱਟਾਂ ਦੀ ਮਸਜਿਦ ਵਿੱਚ ਤੂੰ ਜਾ, ਅਸੀਂ ਜੀਵਨ ਨੂੰ ਹੀ ਮਸਜਿਦ ਬਣਾ ਲਿਆ, ਸਾਡਾ ਮਨ ਮੌਲਵੀ ਬਣ ਗਿਆ। ਤੂੰ ਪੰਜ ਵਕਤ ਨਮਾਜ਼ ਪੜ੍ਹਦਾ ਹੋਵੇਗਾ ਮੌਲਵੀ, ਅਸੀਂ ਹਰ ਵਕਤ ਪੜ੍ਹਦੇ ਹਾਂ। ਤੂੰ ਪੰਜ ਟਾਈਮ ਮਸਜਿਦ 'ਤੇ ਜਾਂਦਾ ਹੋਵੇਗਾ, ਅਸੀਂ ਮਸਜਿਦ 'ਚੋਂ ਨਿਕਲਦੇ ਹੀ ਨਹੀਂ, ਬੈਠੇ ਹਾਂ ਮਸਜਿਦ, ਜੀਵਨ ਹੀ ਮਸਜਿਦ ਬਣ ਗਿਆ। ਮੰਦਰ ਵਿੱਚ ਗਿਆ ਹੋਇਆ ਉਸਦਾ ਹੀ ਸਫਲ ਜਿਹਦੀ ਕਾਇਆ ਹਰੀ ਮੰਦਰ ਬਣ ਜਾਏ। ਪੀਪਾ ਜੀ ਕਹਿ ਰਹੇ ਨੇ ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨਹੀਂ ਬੇਦਾ ਕਾਯੋ ਪੂਜਾ ਪਾਤੀ। ਮੇਰੀ ਕਾਇਆ ਦੇਵਲ ਬਣ ਗਈ ਹੈ, ਹਰੀ ਮੰਦਰ ਬਣ ਗਈ। ਮੰਦਰ ਵਿੱਚ ਗਿਆ ਹੋਇਆ ਉਸਦਾ ਸਫਲ ਜਿਹਦੀ ਕਾਇਆ ਹਰੀ ਮੰਦਰ ਬਣ ਜਾਏ, ਤੇ ਹਰੀ ਪ੍ਰਗਟ ਵੀ ਕਾਇਆ ਚ ਹੋਵੇਗਾ। ਨਾ ਉਹਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰ। ਮਸਜਿਦ ਵਿੱਚ ਗਿਆ ਹੋਇਆ ਉਸਦਾ ਸਫਲ ਜਿਹਦੀ ਕਾਇਆ ਮਸਜਿਦ ਬਣ ਗਈ, ਤੇ ਗੁਰਦੁਆਰੇ ਗਿਆ ਹੋਇਆ ਉਸੇ ਦਾ ਹੀ ਸਫਲ ਜੋ ਸਵੈ ਗੁਰੂ ਦਾ ਰੂਪ ਬਣ ਜਾਏ ਤੇ ਉਹਨੂੰ ਵੇਖ ਕੇ ਗੁਰੂ ਚੇਤੇ ਆਵੇ। ਨਹੀਂ ਤੇ ਕੀ ਗੁਰਦੁਆਰੇ ਗਿਆ, ਖਾਲਸਾ ਮੇਰਾ ਰੂਪ ਹੈ ਖਾਸ, ਗੁਰੂ ਨੂੰ ਕਹਿਣਾ ਪਏ ਕਿ ਹੁਣ ਤੂੰ ਮੇਰਾ ਹੀ ਰੂਪ ਹੋ। ਮੈਂ ਫਿਰ ਦੁਹਰਾਵਾਂ, ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਫਲ ਜਿਹਦੀ ਜ਼ਿੰਦਗੀ ਖਾਨਾ ਖੁਦਾ ਬਣ ਗਈ, ਮਸਜਿਦ ਬਣ ਗਈ। ਮੰਦਰ ਵਿੱਚ ਗਿਆ ਹੋਇਆ ਉਸਦਾ ਹੀ ਸਫਲ ਜਿਹਦੀ ਕਾਇਆ ਹਰੀ ਮੰਦਰ ਬਣ ਗਈ, ਔਰ ਗੁਰਦੁਆਰੇ ਗਿਆ ਹੋਇਆ ਉਸ ਸਿੱਖ ਦਾ ਹੀ ਉਸ ਦਿਨ ਸਫਲ ਜੋ ਸਵੈਮ ਗੁਰੂ ਦਾ ਰੂਪ ਹੋ ਗਿਆ, ਤੇ ਗੁਰੂ ਨੂੰ ਮਾਣ ਨਾਲ ਕਹਿਣਾ ਪਏ ਤੂੰ ਮੇਰਾ ਹੀ ਰੂਪ, ਮੇਰਾ ਹੀ ਰੂਪ, ਮੇਰਾ ਸੁਭਾਅ ਤੇਰੇ ਕੋਲ ਹੈ, ਮੇਰੀ ਸੋਚਣੀ ਤੇਰੇ ਕੋਲ ਹੈ, ਮੇਰੇ ਗੁਣ ਤੇਰੇ ਕੋਲ ਨੇ, ਮੇਰਾ ਰੂਪ ਤੇਰੇ ਕੋਲ ਹੈ। ਖਾਲਸਾ ਮੇਰਾ ਰੂਪ ਹੈ ਖਾਸ, ਇਹ ਰੂਪ ਕਿਵੇਂ ਬਣ ਸਕੇ, ਜੀਵਨ ਹਰੀ ਮੰਦਰ ਕਿਵੇਂ ਬਣ ਸਕੇ ਤੇ ਹਰੀ ਨੂੰ ਕਿਵੇਂ ਪ੍ਰਗਟ ਕਰ ਸਕੀਏ। ਮੈਂ ਦੋ ਲਫ਼ਜ਼ ਕਮਾਂ, ਪ੍ਰਭੂ ਨੇੜੇ ਤੋਂ ਨੇੜੇ ਹੈ, ਨੇੜੇ ਹੋਣਾ ਉਸਦਾ ਦੂਰ ਹੋਣਾ, ਇਸੇ ਕਰਕੇ ਦੂਰ ਹੈ ਬਹੁਤ ਨੇੜੇ, ਕਿਉਂਕਿ ਬਹੁਤ ਨੇੜੇ ਅੱਖਾਂ ਦੇਖ ਨਹੀਂ ਸਕਦੀਆਂ, ਜੀਵਨ ਦੇ ਅੰਦਰ ਹੈ, ਰੋਮ ਰੋਮ ਦੇ ਵਿੱਚ ਹੈ, ਤਾਂ ਫਿਰ ਕਿਵੇਂ ਦੇਖੀਏ, ਕਿਵੇਂ ਪ੍ਰਾਪਤ ਕਰੀਏ। ਇਹ ਖੁਲਾਸਾ ਕੱਲ੍ਹ ਦੀ ਅਖੀਰ ਦੀ ਗੱਲ ਦਾਸ ਸਾਹਿਬ ਦੇ ਸਾਹਮਣੇ ਕਰੇਗਾ। ਵੈਸੇ ਅੱਜ 3:30 ਦੀ ਫਲਾਈਟ ਸੀ, ਜ਼ੋਰ ਦਿੱਤਾ ਗਿਆ ਵੀ ਕਿਸੇ ਤਰੀਕੇ ਨਾਲ ਇੱਕ ਦਿਨ ਅੱਗੇ ਕਰੋ। ਮੈਂ ਗਵਾਲੀਅਰ ਇਤਲਾਹ ਕੀਤੀ ਹੋਈ ਸੀ, ਮੈਂ 28 ਨੂੰ ਮੈਂ ਪਹੁੰਚ ਜਾਵਾਂਗਾ। ਸਰਦਾਰ ਤਰਸੇਮ ਉਹਨਾਂ ਨੂੰ ਕਿਹਾ, ਮੈਂ ਕਿਹਾ ਗੱਲ ਇਸ ਤਰ੍ਹਾਂ ਬੈਂਸ ਸਾਹਿਬ, ਵੈਦਾ ਮੈਂ ਕੀਤਾ ਸੀ 2 ਹਾਜ਼ਰੀਆਂ ਦਾ, ਤੁਸੀਂ ਇਹ ਟਿਕਟ ਐਕਸਟੈਂਡ ਕਰਾ ਦਿਓ 24 ਘੰਟੇ। ਕਹਿਣ ਲੱਗੇ ਦੂਜਾ ਮੁਲਕ ਹੈ, ਤੁਸੀਂ ਸਾਨੂੰ ਫਰਾਂਸਿਸਕੋ ਤੋਂ ਬੈਠਣਾ, ਅਤੇ ਮੁਸਾਫਰ ਅਜੇ ਲੰਡਨ ਬੈਠਣ ਵਾਇਆ ਲੰਡਨ ਹੋ ਕੇ ਤੁਸੀਂ ਜਾਣਾ, ਸੀਟਾਂ ਮਿਲਦੀਆਂ ਨਹੀਂ। ਖੈਰ ਉਹਨਾਂ ਨੇ ਪਾਜ ਦੌੜ ਕੇ ਕਰਾ ਲਈ, ਇਸ ਤਰ੍ਹਾਂ ਦਾ ਇੱਕ ਦਿਨ ਐਕਸਟੈਂਡ ਹੋ ਗਿਆ, ਅੱਗੇ ਹੋ ਗਿਆ। ਅੱਜ ਰਾਤ ਨੂੰ ਵੀ ਦਾਸ ਜਿਹੜਾ ਪੁਰਾਣੇ ਪ੍ਰਬੰਧਕ ਸੱਜਣ ਤੁਹਾਡੇ ਸਾਹਮਣੇ ਰੱਖਦੇ ਨੇ, ਅਤੇ ਕੱਲ੍ਹ ਸਵੇਰੇ ਦੀ ਹਾਜ਼ਰੀ ਭਰ ਕੇ ਦਾਸ 3:30 ਵਜੇ ਦੀ ਫਲਾਈਟ 'ਤੇ ਚਲਾ ਜਾਏਗਾ। ਇਤਨੀ ਸੇਵਾ ਪ੍ਰਵਾਨ ਕਰਨੀ,
ਅਖੀਰ ਦੇ ਵਿੱਚ ਫਿਰ ਐਸੀ ਕੋਈ ਵਿਚਾਰਧਾਰਾ ਬੋਲ ਜੋ ਗੁਰਮਤ ਦੀ ਕਸੌਟੀ ਦੇ ਪੂਰੇ ਨਾ ਉਤਰਦੇ ਹਨ ਉਸ ਲਈ ਖਿਮਾ ਕਰ ਦੇਣੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਫੁੱਲ ਚੁਗਦੀ ਸ਼ਮਾ। ਗਿਆਨ।